ਘਰ ਹਿੰਦੀ ਡੋਗਰੀ ਦੀ ਇੱਕ ਲੰਮੀ ਕਵਿਤਾ ਹੈ ਜਿਸ ਕੀ ਡੋਗਰੀ ਸੰਸਥਾ ਨੇ ਗਏ ਕਿਤਾਬ ਦੇ ਰੂਪ 'ਚ ਛਾਪਿਆ। ਇਸ ਕਿਤਾਬ ਉੱਪਰ ਇਹਨੇ ਸਾਹਿਤ ਅਕਾਦਮੀ ਦਾ ਪੁਰਸਕਾਰ ਵੀ ਮਿਲਿਆ। ਤੋ ਘਰ ਕਿਤਾਬ ਦੇ ਵਿੱਚ ਘਰ ਗੀ ਘਰ ਦੇ ਪ੍ਰਤੀਕ ਗੀ ਇਹਨੇ ਇੰਨੇ ਤਰੀਕੇ ਕੰਨੇ ਔਰ ਐਸੇ ਢੰਗ ਕੰਨੇ ਇਸਤੇਮਾਲ ਕੀਤਾ ਕਿ ਘਰ 'ਚ ਤਕਰੀਬਨ ਮਨੁੱਖੀ ਜੀਵਨ ਦੇ ਸਾਰੇ ਪਹਿਲੂ ਇਹਨੇ ਉਹਦੇ 'ਚ ਕਵਰ ਕਰ ਲਏ। ਘਰ ਇੱਕ ਮਨ ਵੀ ਹੈ, ਘਰ ਇੱਕ ਜ਼ਹਿਨ ਵੀ ਹੈ, ਘਰ ਇੱਕ ਮਕਾਨ ਵੀ ਹੈ ਔਰ ਘਰ ਇੱਕ ਦੇਸ਼ ਵੀ ਹੈ। ਤੋ ਘਰ 'ਚ ਬੜਾ ਕੁਛ ਇਹਨੇ ਉਹਦੇ ਵਿੱਚ ਸਮੋਈ ਲਿਆ। ਸੋਨਟ ਪਹਿਲੇ ਵਾਰੀ ਇਹਨੇ ਡੋਗਰੀ ਦੇ ਵਿੱਚ ਲਿਖੀਆਂ ਔਰ ਇਹਦੀ ਗਜ਼ਲਾਂ ਦੇ ਵਿੱਚ ਵੀ ਨਵੇਂ ਕਿਸਮ ਦੇ ਪ੍ਰਯੋਗ, ਨਵੀਆਂ ਗੱਲਾਂ, ਨਵੇਂ ਬਿੰਬ ਔਰ ਸਾਰੇ ਕੋਲੋਂ ਅੱਛੀ ਗੱਲ ਇਹ ਹੈ ਕਿ ਇਹਦੀ ਭਾਸ਼ਾ ਵੀ ਬੜੀ ਅੱਛੀ ਔਰ ਬੜੀ ਐਸੀ ਡੋਗਰੀ ਹੀ ਜਿਸ ਅਸੀਂ ਠੇਠ ਡੋਗਰੀ ਆਖੀ ਸਕਦੇ ਹਾਂ, ਉਹ ਨਹੀਂ ਡੋਗਰੀ ਔਰ ਕੁਛ ਸ਼ਬਦ ਖਾਸ ਤਰੀਕੇ ਕੰਨੇ ਇਸਤੇਮਾਲ ਕਰਦੇ ਹੈ, ਉਹ ਇਹਦੀ ਖਾਸੀਅਤ ਹੀ। ਸੋ ਇਹਦਾ ਲੇਖਣ ਵੀ ਬੜਾ, ਇਹ ਵੀ ਅਫਸੋਸ ਦੀ ਗੱਲ ਹੈ ਕਿ ਇਹਦਾ ਕਾਫੀ ਕੁਛ ਲਿਖੇ ਦਾ ਮਟੀਰੀਅਲ ਜਿਹੜਾ ਹੈ ਉਹ ਰਿਹਾ ਨਹੀਂ, ਨਸ਼ਟ ਹੋਈ ਆ। ਇਹ ਆਪ ਉਸ ਦੱਸਦੇ ਹੈ, ਉਹਦੇ ਨਾਂ ਵੀ ਲੈਂਦੇ ਹੈ ਕਿ ਕਿਹੜੀਆਂ ਕਹਾਣੀਆਂ ਹੀਆਂ, ਕਿਹੜੀਆਂ ਕਿਤਾਬਾਂ ਹੀਆਂ ਔਰ ਕਿਹੜੀਆਂ ਚੀਜ਼ਾਂ ਹੀਆਂ। ਇਹਨੇ ਇਹਦੇ 'ਚ ਕਸ਼ਮੀਰ ਟਾਈਮਸ 'ਚ ਰੈਗੂਲਰ ਕਾਲਮ ਵੀ ਲਿਖਦੇ ਰਹੇ ਔਰ ਇਸ ਤਰੀਕੇ ਕਰਨਾ ਮੈਂ ਸਮਝਣਾ ਇਹਦਾ ਇੱਕ ਖਾਸ ਚੇਚਾ ਯੋਗਦਾਨ ਡੋਗਰੀ ਸਾਹਿਤ ਲੈ ਰਿਹਾ ਔਰ ਜਦੋਂ ਤੱਕ ਡੋਗਰੀ ਸਾਹਿਤ ਰੋਗ ਇਹਨਾਂ ਦੀ ਚੇਤਾ ਕੀਤਾ ਜਾ। ਮੋਕਸ਼ ਅਤੇ ਮੁਕਤੀ ਗੱਲ ਫਲਸਫੀ ਨਹੀਂ ਮੇਰੇ ਨੇ ਕਰ ਪਾਣੀ ਮੇਰੇ ਸਿੱਧੇ ਸਾਦੇ ਚਿੱਤਾ ਇੱਚ ਰੱਫੜ ਮੈਂ ਬਸ ਇੰਨੀ ਗੱਲ ਹੈ ਸਮਝੀ ਇੰਨੀ ਮੇਰੀ ਪਹੁੰਚ ਆਸ਼ਕ ਸੱਚਾ ਇਸ਼ਕ ਕਰੈ ਤਾਂ ਮੁਕਤੀ ਪਾਉਂਦਾ ਕਰ। ਮੋਕਸ਼ ਔਰ ਮੁਕਤੀ ਬਾਤ ਹੈ ਕਲਪਿਤ ਮੇਰੇ ਸਾਥ ਨਾ ਕਰ ਮੇਰੇ ਸੀਧੇ ਸਰਲ ਹਿਰਦੇ ਕੋ ਨਹੀਂ ਬਣਾ ਦੁਸ਼ਕਰ ਮੈਨੇ ਤੋ ਬਸ ਇਤਨਾ ਜਾਣਾ ਇਤਨੀ ਮੇਰੀ ਸੋਚ ਆਸ਼ਿਕ ਸੱਚਾ ਇਸ਼ਕ ਕਰੇ ਤੋ ਮੁਕਤੀ ਮਿਲਤੀ ਘਰ। ਔਰਤ ਜਾਤ ਹੈ ਕੈਦ ਹੋਈ ਦੀ ਘਰਾ ਘਰਾ ਅੰਦਰ ਇਹ ਹਾਲਤ ਪਰ ਰੋਣੀ ਨਹੀਂ ਹੂੰ ਹੁਣ ਮਤਾ ਕੁ ਚਿਰ ਜਿਸ ਘਰ ਰੋਂਦੀ ਕੈਦੀ ਬਣੀ ਹੈ ਉੱਥੇ ਪ੍ਰਲਿਆ ਹੁੰਦੀ ਜਿਸ ਘਰ ਰੋਂਦੀ ਦੇਵੀ ਬਣੀ ਹੈ ਉਹ ਬਸਦਾ ਕਰ। ਔਰਤ ਜਾਤ ਤੋ ਕੈਦ ਪੜੀ ਹੈ ਹਰ ਘਰ ਕੇ ਅੰਦਰ ਯੇ ਹਾਲਤ ਅਬ ਨਹੀਂ ਰਹੇਗੀ ਬਹੁਤ ਦੇਰ ਤੱਕ ਪਰ ਜਿਸ ਘਰ ਮੇਂ ਯੇ ਕੈਦੀ ਬਨਤੀ ਹੋਤੀ ਵਹਾਂ ਪ੍ਰਲਯ ਜਿਸ ਘਰ ਰਹਿਤੀ ਦੇਵੀ ਬਨ ਕਰ ਬਸ ਬਸਤਾ ਵੋ ਘਰ। ਮੰਦਰ ਮਸਜਿਦ ਮੈਂ ਨਹੀਂ ਜਾਂਦਾ ਆਉਂ ਮਾਣੂ ਅੱਖੜ ਹਿੰਦੂ ਮਿੱਕੀ ਨਾਸਤਕ ਸਮਝਣ ਮੁਸਲਮਾਨ ਕਾਫਰ ਨਾਮ ਬਜੋਗੀ ਇਸ਼ਕ ਹੋਏ ਦਾ ਮਿਗੀ ਕਵਿਤਾ ਕਰਨਾ ਤਾਂ ਕਵਿਤਾ ਦੇਵੀ ਦੀ ਪੂਜਾ ਕਰਨਾ ਆਪਣੇ ਘਰ। ਮੰਦਰ ਮਸਜਿਦ ਮੈਂ ਨਾ ਜਾਊਂ ਇਨਸਾ ਮੈਂ ਅੱਖੜ ਹਿੰਦੂ ਸਮਝੇ ਨਾਸਤਿਕ ਹੂੰ ਮੈਂ ਮੁਸਲਮਾਨ ਕਾਫਿਰ ਨਾਮ ਵਿਯੋਗੀ ਇਸ਼ਕ ਹੁਆ ਹੈ ਮੁਝਕੋ ਕਵਿਤਾ ਸੰਗ ਇਸੀ ਲਈ ਕਵਿਤਾ ਦੇਵੀ ਕੋ ਪੂਜੂ ਆਪਣੇ।